ਉਹ ਚਾਚੀ ਹੋ ਗਏ ਤਿਆਰ ਦੂਜਾ ਜਿਹੜਾ ਵੱਜ ਗਿਆ ਮੇਰਾ ਜਾਣਾ ਤਾਂ ਕੁੜੀ ਦੇਖਣਾ ਆ ਜਾ ਪੁੱਤ ਨੰਗਿਆ 2 ਮਿੰਟ ਲੱਗਣਗੇ ਆ ਜਾ ਕਿਹੜਾ ਛੋਪ ਕਤਨ ਲੱਗੇ ਕੋਈ ਨਹੀਂ ਆ ਜਾ ਤਿਆਰ ਹੋਣ ਲੱਗ ਗਏ ਅਸੀਂ ਬਾਲਾ ਟਾਈਮ ਲਾਉਣਾ ਲਾਡੀ ਤੂੰ ਤਾਂ ਰਾਜਪਾ ਦੇਖ ਲੈ ਵਿਚਾਰਾ 2 ਗੇੜੇ ਮਾਰ ਗਿਆ ਹੋਰ ਜਰਾ ਰੋਡੀ ਤਿਆਰੀ ਵੱਡੀ ਹੋਈ ਪਈ ਆ ਕੀ ਹੋ ਗਿਆ ਹੋਰ ਪੁੱਤ ਪਹਿਲਾਂ ਕਿੰਨੇ ਰਸਤੇ ਮੁੜ ਗਏ ਬੇਬੇ ਤਾਂ ਨਹੀਂ ਮਾਰੀ ਜਾਂਦੀ ਆ ਵੀ ਕਿਤੇ ਆਸ ਕੀ ਵਾਲਾ ਰਸਤਾ ਵੀ ਨਾ ਤੁੰਗ ਜੇ ਫਿਰ ਤਾਂ ਕਰਕੇ ਤਿਆਰ ਹੋਈ ਜਾਂਦਾ ਰਾਜਪਾਲ ਰੋਜ਼ ਰੋਜ਼ ਰਸਤੇ ਮੋੜਦੇ ਪੁੱਤ ਸੋਹਣੇ ਨਹੀਂ ਲੱਗਦੇ ਨਾਲੇ ਹੁਣ ਆਹੀ ਵਾਰੀ ਮੇਰੀ ਹੈ ਮੈਨੂੰ ਤਾਂ ਲੱਗਦਾ ਮੁੜ ਕੇ ਕਿਹਨੇ ਆਉਣਾ ਇੱਥੇ ਤੈਨੂੰ ਪਤਾ 30 ਸਾਲ ਦਾ ਤਾਂ ਹੋਇਆ ਪਿਆ ਇਹ ਤੂੰ ਬਾਅਦ ਕਿਹੜਾ ਕਰੂ ਡੋਲੇ ਉਮਰ ਹੀ ਹੁੰਦੀ ਆ ਇਹ ਜੇ ਹੋ ਜਾਂਦਾ ਉਹੀ ਤਾਂ ਮੈਂ ਇਹਨੂੰ ਤੜਕੇ ਦੀ ਸਮਝਾਈ ਜਾਂਦੀ ਆ ਤੇ ਤੇਰੀ ਮਾਂ ਤਿਆਰ ਹੋ ਗਈ ਉਹ ਮਾਂ ਨੇ ਮੈਨੂੰ ਭੇਜਤਾ ਬਿਮਾਰ ਹੋਈ ਪਈ ਆ ਰਾਤ ਦੇ ਤਾਂ 3-4 ਟੀਕੇ ਲਵਾ ਤੇ ਹਜੇ ਸੈੱਟ ਨਹੀਂ ਉਲਟੀਆਂ ਜਾਂ ਲੱਗੀਆਂ ਪੰਗਾਂ ਚੱਲ ਤੂੰ ਚੱਲੇਗਾ ਨਾਲ ਅਸੀਂ ਤੂੰ ਜਾਵੜਾ ਚੱਲ ਚੱਲ ਫਿਰ ਕੋਈ ਨਹੀਂ ਕੋਈ ਗੱਲ ਆ ਇੰਨਾ ਹੀ ਤਾਂ ਮਾਂ ਪੁੱਤਾਂ ਦੀ ਮੈਨੂੰ ਹੁੰਦਾ ਸੀ ਨਾ ਰਿਸ਼ਤਾ ਪਹਿਲਾਂ ਹੀ ਮੈਂ ਤਾਂ ਬੜਾ ਤਿਆਰ ਤੂੰ ਪਹਿਲਾਂ ਹੀ ਨਾ ਕਰੀ ਚੱਲ ਮੈਂ ਤਾਂ ਦੱਸਾਂ ਜਲਦੀ ਪ੍ਰੋਸੈਸ ਮੈਂ ਕੱਢ ਦੂੰਗਾ ਚੱਲ ਮੈਂ ਤਾਂ ਇਹੀ ਗੱਲ ਕਹੀ ਆ ਭਾਈ ਇਹਨੂੰ ਵੀ ਕੁੜੀ ਭਾਵੇਂ ਸੋਹਣੀ ਹੋਵੇ ਨਾ ਹੋਵੇ ਮੈਂ ਤਾਂ ਸਗਣ ਪਾ ਕੇ ਮੁੜੂੰਗੀ ਠੀਕ ਹੈ ਨਾ ਮੰਗ ਤੰਗ ਦੀ ਗੱਲ ਪਹਿਲਾਂ ਹੀ ਕਰ ਲਓ ਕਿਤੇ ਕੋਈ ਹੋਵੇ ਉਹਨਾਂ ਦੇ ਨਾਲ ਫਿਰ ਬਾਅਦ ਵਿੱਚ ਗੱਲਾਂ ਬਾਹਰ ਨਿਕਲੀ ਜਾਣ ਤਾਂ ਆਪਾਂ ਪਹਿਲਾਂ ਹੀ ਉਹਨਾਂ ਨੂੰ ਦੱਸਿਆਵਾਂਗੇ ਆਪਾਂ ਨੇ ਕੋਈ ਮੰਗ ਨਹੀਂ ਬਸ ਸਾਨੂੰ ਇਕੱਲੀ ਕੁੜੀ ਦੇ ਦਿਓ ਬਸ ਠੀਕ ਹੈ ਉੱਥੇ ਨਾ ਨੁੱਕਰ ਨਹੀਂ ਕਰਨੀ ਮੈਂ ਦੇਖ ਲੈ ਰਾਜਪਾਲ ਤੇਰੇ ਮੂੰਹ ਤੇ ਵੀ ਠੋਕਰੀ ਜਾਂਦੀ ਆ ਭਾਈ ਇਹਨੂੰ ਮੈਨੂੰ ਤਾਂ ਕੁੜੀ ਕੰਮ ਵਾਲੀ ਚਾਹੀਦੀ ਆ ਬਸ ਮੈਂ ਵੀ ਪਹਿਲੀ ਵਾਰ ਇਹੇ ਕੰਮ 'ਚ ਆਇਆਗਾ ਬੁੜੀਆਂ ਜਾਂਦੀਆਂ ਹੁੰਦੀਆਂ ਤੇ ਉੱਥੇ ਮੈਨੂੰ ਨਾ ਝੂਠਾ ਪਵਾਰੀ ਤੂੰ ਨਹੀਂ ਨਹੀਂ ਮੈਂ ਲੱਗੋ ਜਾ ਕੇ ਬੈਠਾ ਰਹੂੰਗਾ ਬਾਅਦ ਤੂੰ ਮੈਨੂੰ ਕੋਈ ਗੱਲ ਦੱਸ ਦੇ ਜੇ ਉੱਥੇ ਜਾ ਕੇ ਕਰਨੀ ਹੈ ਤਾਂ ਮੈਂ ਤਾਂ ਉਵੇਂ ਬੋਲ ਦੂੰਗਾ ਮੈਂ ਉੱਥੇ ਜਾ ਕੇ ਤਾਂ ਗੱਲ ਅਸੀਂ ਕਰੀ ਜਾਵਾਂਗੇ ਤੂੰ ਤਾਂ ਕੀ ਕਰਨੀ ਆ ਜਾਣਾ ਤਾਂ ਕੁੜੀ ਦੇਖਣਾ ਯਾਰ ਨਾ ਮੇਰੀ ਗੱਲ ਤਾਂ ਡਾਇਰੈਕਟ ਤਾਂ ਨਹੀਂ ਬੋਲੇਗਾ ਰਾਜਪਾਲ ਤੂੰ ਚੁੱਪ ਕਰ ਰਾਜਪਾਲ ਤੁਸੀਂ ਭਾਈ ਕੀ ਦੱਸਿਆਗਾ ਹਾਂ ਕਿ ਵੀ ਕਿੰਨੀ ਮੁੰਡੇ ਦੀ ਉਮਰ ਹੈ ਕਿੰਨਾ ਪੜ੍ਹਿਆ ਲਿਖਿਆ ਫਿਰ ਆਪਣੀਆਂ 2 ਗੱਲਾਂ ਨਾ ਹੋ ਜਾਣ ਉੱਥੇ ਆਪਾਂ ਆਸ ਵਿੱਚ ਦੀ ਪਾੜ ਜਗੇ 24 ਸਾਲ ਦਾ ਦੱਸਿਆ ਮੈਂ ਤੂੰ ਇੱਧਰ ਹੋਵੇ ਮੈਨੂੰ ਗੱਲ ਕਰ ਲੈਣ ਦੇ ਮੈਂ 24 ਸਾਲ ਦੀ ਉਮਰ ਹੈ ਮੁੰਡੇ ਦੀ ਗੱਪ ਮਾਰ ਕੇ ਬੇਬੇ ਰਿਸ਼ਤਾ ਬਣਾਇਆ ਤੂੰ ਚੁੱਪ ਕਰ ਚੁੱਪ ਕਰ ਹੋਰ ਤੇਰੇ ਤਾਂ ਹੋਏ ਤਾਂ ਆਏ ਪਏ ਹੁਣ ਗੱਪ ਹੀ ਮਾਰਨੇ ਪੈਣੇ ਰੰਗ ਕਰਤਾ ਲੈ ਯਾਰ ਚੱਲ ਤੂੰ ਗੱਲ ਕਰ ਲੈਂਦੇ ਸਾਨੂੰ ਹਾਂ ਵੀ 24 ਸਾਲ ਦੀ ਉਮਰ ਦੱਸੀ ਆ ਕੁੜੀ ਦੀ ਉਮਰ ਕਿੰਨੀ ਹੈ ਚਾਚੀ ਕੁੜੀ ਦੀ ਉਮਰ ਤਾਂ 22 ਸਾਲ ਆ ਬਾਕੀ ਮੇਰੀ ਮਨਿੰਦਰ ਭੈਣ ਨਾਲ ਗੱਲ ਹੋਈ ਸੀ ਉਹ ਕਹਿੰਦੀ ਵੀ ਕੁੜੀ ਨੂੰ ਪੜਾਉਣਾ ਪਊਗਾ ਹੈਗੀ ਆਪਣੇ ਕੋਲੇ ਇੰਨੀ ਪਹੁੰਚ ਆ ਵੀ ਕੁੜੀ ਨੂੰ ਪੜਾ ਸਕਦੇ ਹੋ ਤੁਸੀਂ ਉਹ ਕੋਈ ਨਾ ਬਾਈ ਤੂੰ ਮੇਰਾ ਵਿਆਹ ਤਾਂ ਕਰਵਾ ਕੋਈ ਨਹੀਂ ਪੜਾ ਦਾਂਗੇ ਅਸੀਂ ਕਿਉਂ ਪੜਾ ਦਾਂਗੇ ਭਾਈ ਇਹ ਗੱਲ ਝੂਠੀ ਮੈਂ ਤਾਂ ਕੁੜੀ ਤੋਂ ਘਰ ਦਾ ਕੰਮ ਕਰਾਉਂ ਨਾਲੇ ਮੈਂ ਸਾਰੀ ਉਮਰ ਥੋੜੀ ਇੱਥੇ ਤੁਹਾਡੇ ਧੰਦੇ 'ਚ ਜਾਨ ਦੇ ਦੂੰਗੀ ਆਪਦੀ ਇਹ ਗੱਲ ਤਾਂ ਝੂਠੀ ਹੈ ਕੁੜੀ ਤੋਂ ਘਰ ਦਾ ਕੰਮ ਹੀ ਕਰਾਵਾਂਗੀ ਬਸ ਉਹ ਜਦ ਜੇ ਕਿਰਾਂ ਪੜਾਈ ਦੀ ਗੱਲ ਸ਼ੁਰੂ ਕੀਤੀ ਉੱਥੇ ਬਾਅਦ ਕਿਰਾਂ ਹਮੀ ਭਰ ਦੋ ਤੁਸੀਂ ਮੁੜ ਕੇ ਕੌਣ ਮਗਰ ਕੌਣ ਤੁਰਿਆ ਫਿਰਦਾ ਹੁੰਦਾ ਇੰਨਾ ਕਿਹਦੇ ਕੋਲੇ ਟਾਈਮ ਕਿਰਾਂ ਵਿਆਹ ਕਰਾਉਣ ਦੀ ਗੱਲ ਕਰ ਤੂੰ ਚਲ ਆ ਵੀ ਲੋਟ ਹੈ ਫਿਰ ਆਪਾਂ ਆਪ ਦਾ ਲੋਟ ਵੇਖਾਂਗੇ ਭਾਈ ਬਾਅਦ ਚ ਵੀ ਤਾਂ ਗੱਲ ਸਾਹਮਣੇ ਆਊਗੀ ਬੇਬੇ ਮੂਰੇ ਗੱਲ ਕਰੀ ਉਹ ਠੀਕ ਹੁੰਦੀ ਹੈ ਗੱਲ ਕਿਹਦੇ ਦੇਖੀ ਹੈ ਜਰਾ ਜਦੋਂ ਇਹਦੀ ਭੈਣ ਕਹੀ ਜਾਂਦੀ ਹੈ ਫਿਰ ਆਪਾਂ ਨੂੰ ਕੀ ਹੈ ਨਾਲੇ ਨੰਬਰਦਾਰੀ ਤਾਂ ਇਹਦੀ ਭੈਣ ਦੀ ਹੈ ਪੁੱਤ ਘਰੇ ਜਿਵੇਂ ਉਹ ਕਹੂਗੀ ਆਪਾਂ ਤਾਂ ਉਵੇਂ ਕਰਾਂਗੇ ਚਲ ਠੀਕ ਹੈ ਮੈਂ ਤਾਂ ਤੁਹਾਡੇ ਕਹਿਣ ਤੇ ਹੁਣ ਕਰਵਾ ਲੈਣਾ ਕੱਲ ਨੂੰ ਜੇ ਗੱਲ ਹੋ ਗਈ ਫਿਰ ਬਾਅਦ ਵਿੱਚ ਸੰਭੀ ਜਾਏਗਾ ਕੋਈ ਨਾ ਚੱਲ ਮੈਂ ਬੈਗ ਚੱਕ ਲਿਆ ਚਲੀਏ ਫਿਰ ਆਪਾਂ ਕੱਲ ਮੈਂ ਬੈਗ ਚੱਕ ਲਿਆ ਚਲ ਹੋਰ ਆਏ ਬੇਬੇ ਬਾਹਰ ਖੜੇ ਆਂ ਸੀ ਚੱਲ 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 ਆ ਤਾਂ ਚੱਲ ਨਿਪੜ ਗਿਆ ਪਤਾ ਨਹੀਂ ਕੁਝ ਖਾਣ ਨੂੰ ਲਿਆਂਦਾ ਹੋਊਗਾ ਕਿ ਨਾ ਉਹ ਲੈ ਆਇਆ ਮੈਂ ਖਾਣ ਨੂੰ ਨਮਕੀਨ ਲੈ ਆਇਆ ਨਾਲੇ ਗਿਰੀਆਂ ਲੈ ਆਇਆ ਠੰਡੇ ਲੈਂਦੇ ਹਾਂ ਉਹ ਹੋ ਠੰਡੇ ਤਾਂ ਭੁੱਲ ਹੀ ਗਿਆ ਫਿਰ ਜਾ ਤੁਸੀਂ ਲੈ ਕੇ ਆ ਮੈਂ ਲੈ ਕੇ ਆਵਾਂ ਹੋਰ ਕੀ ਆ ਮਨਿੰਦਰ ਹਾਂ ਮੈਂ ਕਰ ਲਈ ਤਿਆਰੀ ਤਿਆਰੀ ਤਾਂ ਮੰਮੀ ਕਰ ਲਈ ਹਰਪ੍ਰੀਤ ਨੂੰ ਤਿਆਰ ਕਰ ਲਿਆ ਉਹ ਤਾਂ ਤਿਆਰ ਹੋ ਗਈ ਹੈਗੀ ਕਦੋਂ ਕਹਣਗੇ ਉਹ ਕੀਤਾ ਸੀ ਫੋਨ ਰਾਜਪਾਲ ਨੂੰ ਰਾਜਪਾਲ ਤਾਂ ਆਊਗਾ ਪਰ ਮਾਸੀ ਨਹੀਂ ਆਉਂਦੀ ਮਾਸੀ ਰਾਤ ਬਿਮਾਰ ਹੋ ਗਈ ਸੀ ਲੈ ਅਗਰ ਰਾਜਪਾਲ ਆਊਗਾ ਨਾ ਰਾਜਪਾਲ ਨੂੰ ਕੀ ਅਕਲ ਆ ਗੱਲ ਕਰਨ ਦੀ ਉਹ ਜਵਾਬ ਤਾਂ ਹੈਗਾ ਕੋਈ ਜਵਾਬ ਨਹੀਂ ਹੈਗਾ ਬਥੇਰਾ ਸਿਆਣਾ ਉਹਨੇ 100 ਰਿਸ਼ਤੇ ਕਰਵਾਏ ਆ ਚਲ ਠੀਕ ਆ ਫਿਰ ਕਰ ਲੈ ਦੇਖ ਲੈ ਕੀ ਰਹਿੰਦਾ ਕੰਮ ਮਾੜਾ ਹੁੰਦਾ ਮੈਂ ਹਰਪ੍ਰੀਤ ਨੂੰ ਦੇਖ ਲੱਗਣਾ ਠੀਕ ਆ ਮੰਮੀ ਖੇਤੀ ਕਰਦੇ ਅੱਛਾ ਫਸਲ ਬਾੜੀ ਵਧੀਆ ਬਈ ਹਾਂ 3 ਕਿੱਲੇ ਹੈਗੀ ਆ ਬਾਕੀ ਕੋਈ ਨਹੀਂ ਦੇਖਦੇ ਆ ਕਿ ਖੇਤ ਕਿਹਦੇ ਲਾਵਾਂਗੇ 2 ਕਿੱਲੇ ਅੱਛਾ ਨਹੀਂ ਬੰਦੇ ਦਾ ਕੰਮ ਵਾਲਿਆ ਦਾ ਹਾਂ ਹਾਂ ਵਧੀਆ ਬਈ ਕੰਮ ਆਪਦਾ ਕਰਾਂਗੇ ਵਧੀਆ ਰਹਾਂਗੇ ਨਹੀਂ ਮੇਰਾ ਪੂਰਾ ਇਹ ਨਹੀਂ ਅੱਜ ਕੱਲ ਮਹਿੰਗਾਈ ਵਾਲੀ ਆ ਪੜਿਆ ਵੀ ਹੋਊਗਾ ਮੁੰਡਾ ਹਾਂ ਹਾਂ ਪੜਿਆ ਵੀ ਚਲੋ ਵਧੀਆ ਕਿੰਨੇ ਪੜਿਆ ਜੀ ਮੁੰਡਾ ਪਲੱਸ 2 ਕੀਤੀ ਹੈ ਅੱਛਾ ਜੋ ਸਾਡੀ ਹਰਪੀ ਜੀ ਬੀਏ ਕਰੀ ਜਾਂਦੀ ਆ ਫਸਟ ਇਅਰ ਦਾ ਕੰਪਲੀਟ ਹੋ ਗਿਆ ਇਹਦਾ ਹੁਣ ਸੈਕੰਡ ਤੇ ਬਸ ਦੁਬਾਰੇ ਪੈਸੇ ਭਰਨੇ ਸੀਗੇ ਇਹਦੇ ਬਸ ਰੈਜੀ ਕਰੀ ਜਾਂਦੇ ਸੀ ਹਨਾ ਦੱਸਿਆ ਸੀ ਰਾਜਪਾਲ ਨੇ ਕਹਿੰਦਾ ਵੀ ਐਂ ਗੱਲ ਆ ਵੀ ਅੱਗੇ ਪੜਾਉਣਾ ਹੋਊਗਾ ਕੁੜੀ ਨੂੰ ਕੋਈ ਗੱਲ ਨਹੀਂ ਪੜਾ ਲਾਂਗੇ ਉਹ ਇਹਦੀ ਵੀ ਟੀਚਰ ਲੱਗਣ ਦੀ ਉਹ ਸੀਗੀ ਯਾਰ ਵੀ ਮੈਂ ਸਰਕਾਰੀ ਲੱਗਾ ਤਾਂ ਕਰਕੇ ਅਸੀਂ ਆਖਿਆ ਚੱਲ ਕੋਈ ਨਹੀਂ ਵੀ ਜਿੱਥੇ ਇਹਦਾ ਦਿਲ ਕਰਦਾ ਉੱਥੇ ਪੜਾ ਦਈਏ ਵੀ ਚਲੋ ਕੋਈ ਗੱਲ ਮੇਰੀ ਗੱਲ ਹੋਈ ਆ ਪੜਾ ਦੇਣਗੇ ਤਾਂ ਹੀ ਰਿਸ਼ਤਾ ਕਰਵਾਈ ਜਾਂਦੀ ਹੈ ਮੈਂ ਵੀ ਚਲ ਕੋਈ ਨਹੀਂ ਮੈਂ ਤਾਂ ਕੋਈ ਇਹਦਾ ਗੱਲ ਵਧੀਆ ਕਰ ਮਾੜੀ ਮੇਰੀ ਗੱਲ ਸੁਣ ਮਨਿੰਦਰ ਤੋਂ ਵੀ ਹਾਂ ਆ ਗਈ ਚਲੋ 1 ਮਿੰਟ ਆ ਗਈ ਗੱਲ ਕਰ ਲਈਏ ਸੀ ਮੜੀ ਆ ਉਹਦੀ
ਮੈਂ ਸਲਾਹ ਕੋਈ ਨਾ ਕੀ ਹੋਏ ਮੰਮੀ ਵਿਚਾਰੋਂ ਉਠਾ ਲਈ ਕੀ ਸੋਚਣਗੇ ਉਹ ਨਹੀਂ ਸੋਚੀ ਜਾਂਦੇ ਜਿਹੜਾ ਕੋਈ ਸੋਚਣਗੇ ਮੈਨੂੰ ਮੁੰਡੇ ਦੀ ਉਮਰ ਵੱਡੀ ਲੱਗਦੀ ਹੈ ਨਿੰਦਰ ਮੈਨੂੰ ਤਾਂ ਮੁੰਡਾ ਵਡੇਰੀ ਉਮਰ ਦਾ ਲੱਗਦਾ ਜਿਹੜੇ ਹਿਸਾਬ ਨਾਲ ਸਰੀਰ ਜਿਆਦਾ ਤੁਸੀਂ ਤਾਂ ਕਮਾਲ ਕਰ ਦਿਓ ਲੈ ਮੈਂ ਕੁੜੀ ਵੱਡੀ ਉਮਰ ਦੇ ਮੁੰਡੇ ਨਾਲ ਵਿਆਹੂੰਗੀ ਉਹੀ ਲੱਗਦਾ ਹੱਡਾ ਪੈਰਾਂ ਦਾ ਖੁੱਲਾ ਛੋਟੀ ਹੈ ਮੁੰਡੇ ਦੀ ਉਮਰ ਲੈ ਦੇਖ ਲਾਵਾਂ ਕੱਲੀ ਉਮਰ ਕੀ ਕਰੂਗੀ ਰੰਗ ਦਾ ਵੀ ਪੱਕਾ ਹੈਗਾ ਆਪਣੀ ਹਰਪ੍ਰੀਤ ਤਾਂ ਸੋਹਣੀ ਵਰਗੀ ਆ ਬੰਦੇ ਨਾ ਦਿਲ ਦੇ ਸਾਫ਼ ਚੱਲਦੇ ਹੁੰਦੇ ਬਾਹਲੇ ਚੰਗੇ ਬੰਦੇ ਆ ਪਤਾ ਕਿੰਨੀ ਖੁਸ਼ ਰਹੂਗੀ ਵਧੀਆ ਇਹਨਾਂ ਦਾ ਕਾਰੋਬਾਰ ਹੈਗਾ ਨਾਲ ਵਧੀਆ ਕੁੜੀ ਨੂੰ ਪੜ੍ਹਾਈ ਵੀ ਜਾਂਦੇ ਆਪਣੀ ਨੂੰ ਹੋਰ ਕੀ ਚਾਹੀਦਾ ਤੁਸੀਂ ਐਵੇਂ ਨਾ ਸੋਚ ਕਰੋ ਹਮੀ ਭਰਨਗੇ ਉਹ ਪੜ੍ਹਾਉਣ ਦੀ ਭਰੀਦਾ ਜਾਂਦੇ ਹੋਰ ਕਿਵੇਂ ਭਰ ਦੇਣਾ ਹਮੀ ਤੁਸੀਂ ਤਾਂ ਕਮਾਲ ਕਰ ਦਿਓ ਤਾਂ ਹੀ ਮੈਂ ਤੁਹਾਨੂੰ ਕਿਹਾ ਸੀ ਪਹਿਲਾਂ ਵੀ ਜੇ ਤੂੰ ਤੁਹਾਨੂੰ ਵੀ ਮੇਰੇ ਬਾਅਦ ਚ ਬੇਇੱਜ਼ਤੀ ਨਾ ਕਰਵਾ ਦੇ ਉੱਥੇ ਗੱਲ ਬੇਇੱਜ਼ਤੀ ਨਹੀਂ ਹੁੰਦੀ ਉਹਦਾ ਵੀ ਜ਼ਿੰਦਗੀ ਦਾ ਸਵਾਲ ਹੈ ਤੂੰ ਕਿਉਂ ਨਹੀਂ ਸਮਝਦੇ ਇਸ ਗੱਲ ਨੂੰ ਤੇ ਮੈਂ ਕੀ ਕਿਹਾ ਜ਼ਿੰਦਗੀ ਨੂੰ ਹੁਣ ਉਹਦੀ ਪੜ੍ਹਾਈ ਦੀ ਮੈਂ ਗੱਲ ਕੀਤੀ ਹੈ ਨਾ ਵੀ ਪੜ੍ਹਾਉਣਗੇ ਉਹ ਅੱਗੇ ਚੱਲ ਭਾਈ ਕੱਕਣ ਦੇਖ ਲਾ ਕਿਵੇਂ ਕਰਨਾ ਤੂੰ ਕੁਛ ਨਹੀਂ ਹੁੰਦਾ ਮੁੰਡਾ ਬਹੁਤ ਸਿਆਣਾ ਨਾ ਕੋਈ ਨਸ਼ਾ ਕਰਦਾ ਹੈ ਜੇ ਕੱਲ ਨੂੰ ਕੋਈ ਪਸੂਣਾ ਲੱਭ ਰਹੇ ਨੇ ਅਗਰ ਨਸ਼ਾ ਕਰਦਾ ਫਿਰ ਆਪਾਂ ਕੀ ਕਰ ਲਾਂਗੇ ਇਹ ਤਾਂ ਗੱਲ ਹੈਗੀ ਆ ਬਾਲੇ ਵੱਡੇ ਘਰ ਦੇ ਮਾਂ ਅੱਜ ਕੱਲ ਬੇੜਾ ਕਰ ਕੀ ਹੋਇਆ ਪਿਆ ਚਲ ਦੇਖ ਲਓ ਭਾਈ ਫਿਰ ਜਿਵੇਂ ਤੁਹਾਨੂੰ ਠੀਕ ਲੱਗਦਾ ਕੁਛ ਨਹੀਂ ਹੁੰਦਾ ਮੇਰੇ ਯਕੀਨ ਤੇ ਰੱਖ ਕੇ ਨਾ ਤੇ ਹਾਂ ਕਰ ਦਿਓ सौ राय सलाह करनी पैंदी आ जो कुड़ी पसंद है कल नू भी व्याह करना फिर भी करना ते अज जो जिहड़ा लड़के ला जांदे आ जे सानू ठीक लगदा तां देख लो जी पर आया असि तां इह सोचदे सी वी व्याह करांगे वधिया इहदा ਚੱਲ ਕੋਈ ਨੀ ਭੈਣ ਜੀ ਇਹ ਤਾਂ ਆਪਣੇ ਖਰਚੇ ਆ ਜਿੰਨੇ ਮਰਜ਼ੀ ਵਧਾ ਲਓ ਜਦੋਂ ਸਾਨੂੰ ਕੋਈ ਦਿੱਕਤ ਨਹੀਂ ਚੁੰਨੀ ਚੜਾ ਕੇ ਅਸੀਂ ਲੈ ਕੇ ਜਾਂਦੇ ਹਾਂ ਦਿੱਕਤ ਵਾਲੀ ਗੱਲ ਨਹੀਂ ਜੀ ਸਾਡੇ ਤਾਂ ਕੱਲੀ ਕੁੜੀ ਐ ਤਾਂ ਗੱਜ ਵੱਜ ਕੇ ਵਿਆਹ ਕਰਨਾ ਸੀ ਵਧੀਆ ਉਹਦਾ ਕੋਈ ਨਹੀਂ ਅਸੀਂ ਬਾਅਦ ਦੀ ਰੱਖਾਂਗੇ ਤੁਸੀਂ ਉੱਥੇ ਆਪਦੇ ਰਿਸ਼ਤੇਦਾਰ ਲੈ ਕੇ ਆ ਜਾਓ ਹਾਂ ਮਿਲਣੀ ਤੇ ਆ ਜਾਓ ਕੁਛ ਨਹੀਂ ਹੁੰਦਾ ਫਿਰ ਠੀਕ ਆ ਵਧੀਆ ਖਰਚਾ ਨਹੀਂ ਕਰਵਾਉਂਦੇ ਆਪਣਾ ਹੁਣ ਆਪਾਂ ਕੁੜੀ ਦੇ ਚੁੰਨੀ ਚੜਾਵਾ ਕਰ ਦਿੰਨੇ ਆ ਮਨਿੰਦਰ ਕੱਲੇ ਖਰਚੇ ਬੰਨੀ ਥੋੜੀ ਭੱਜਿਆ ਜਾਂਦਾ ਹੁੰਦਾ ਸਭ ਦਾ ਮੂੰਹ ਮੱਥਾ ਰੱਖਣਾ ਪੈਂਦਾ ਮੇਰੀ ਗੱਲ ਸੁਣੋ ਜਿਹੜਾ ਆਪਾਂ ਵਿਆਹ ਤੇ ਪੈਸਾ ਲਾਵਾਂਗੇ ਉਹੀ ਆਪਾਂ ਇਹਨੂੰ ਸਿਆਉਣਾ ਵੱਧ ਪਾ ਦਾਂਗੇ ਕੋਈ ਰੂਮ ਟੱਪਾ ਪਾ ਦਾਂਗੇ ਇਹਨੂੰ ਆਪਾਂ ਉਹਨੂੰ ਕੰਮ ਤਾਂ ਆਵੇ ਚੀਜ਼ ਕੋਈ ਲੋਕਾਂ ਨੂੰ ਸਮਾਉਂਦਾ ਕੀ ਫਾਇਦਾ ਨਹੀਂ ਨਹੀਂ ਸਾਨੂੰ ਤਾਂ ਕੋਈ ਟੂਮ ਦਲਾ ਵੀ ਨਹੀਂ ਚਾਹੀਦਾ ਜੀ ਆਪਾਂ ਤਾਂ ਐਂ ਕਹਿੰਦੇ ਆ ਵੀ ਕੁੜੀ ਨੂੰ ਤੁਸੀਂ ਤਿੰਨ ਕੱਪੜਿਆਂ ਦੇ ਵਿੱਚ ਸਾਡੇ ਨਾਲ ਤੋਰ ਦਿਓ ਨਾ ਸਾਨੂੰ ਕੋਈ ਦਾਜ ਦੇ ਚਾਹੀਦਾ ਤੁਸੀਂ ਬਸ ਸਾਡੀ ਗੱਲ ਦੱਸੋ ਵੀ ਆਪਾਂ ਚੁਣੀ ਚੜਾਵਾ ਕਰ ਲਈਏ ਚੱਲ ਕੋਈ ਨਹੀਂ ਬਾਈ ਅਸੀਂ ਹਰਪ੍ਰੀਤ ਨਾਲ ਰਾਏ ਸਲਾਹ ਕਰਦੇ ਆ ਜੇ ਉਹਨੇ ਹਾਂ ਕਰਤੀ ਫਿਰ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਕਿਉਂ ਵਾ ਤੂੰ ਕੀ ਸੋਚਦੀ ਆ ਫਿਰ ਲੈ ਕਾਕਣ ਐਡੀ ਕੀ ਕਾਲੀ ਹੈਗੀ ਹੈ ਵੀ ਇਹਨੂੰ ਆਈ ਤੋਰ ਦੇਗੇ ਚੁਣੀ ਚੜਾ ਕੇ ਮੈਂ ਤਾਂ ਵੀ ਉਹਦਾ ਵਿਆਹ ਕਰੂੰਗੀ ਵਧੀਆ ਓਹ ਮੰਮੀ ਜਦੋਂ ਸਾਰੇ ਰਾਜੀ ਆ ਤੁਸੀਂ ਹਰੇਕ ਗੱਲ ਤੇ ਕਿਉਂ ਅੜਦੇ ਹੁੰਦੇ ਹੋ ਵਧੀਆ ਮੈਂ ਤਾਂ ਕਹਿੰਦੀ ਹਾਂ ਚੁਣੀ ਚੜਾ ਕੇ ਤੋਰ ਦਿੰਨੇ ਆਪਾਂ ਮਨਿੰਦਰ ਆਏ ਕਿਵੇਂ ਤੋਰ ਦਿੰਨੇ ਆ ਮੈਂ ਆਪਦੇ ਰਿਸ਼ਤੇਦਾਰਾਂ ਨੂੰ ਭੈਣ ਭਾਗਾਂ ਨੂੰ ਵੀ ਸੱਦਣਾ ਗਾ ਕੋਈ ਗੱਲ ਨੀ ਭੈਣ ਜੀ ਅਸੀਂ ਨਾ ਪੈਲਸ ਚ ਰੱਖ ਲਾਂਗੇ ਪਾਰਟੀ ਸਾਰੇ ਰਿਸ਼ਤੇਦਾਰਾਂ ਨੂੰ ਉੱਥੇ ਲਿਆ ਲਈ ਤੁਸੀਂ ਸੋਡੀ ਹੇਠੀ ਨਹੀਂ ਅਸੀਂ ਹੋਣ ਦਿੰਦੇ ਕੁਛ ਨੀ ਮੰਮੀ ਆਪਾਂ ਹਰਪ੍ਰੀਤ ਨਾਲ ਗੱਲ ਕਰ ਲੈਨੇ ਆ ਹੈ ਤੁਸੀਂ ਵੀ ਆਪਦਾ ਜੇ ਕੋਈ ਸਮਾਨ ਸਮੂਨ ਦੇਖ ਲਓ ਵੀ ਆਪਾਂ ਤਿੰਨ ਜਿਹੜਾ ਪਹਿਲੇ ਲੈ ਕੇ ਆਉਣਾ ਲੈ ਨਹੀਂ ਭਾਈ ਮੈਂ ਤਾਂ ਆਪਦਾ ਸਗਨ ਦਾ ਸਮਾਨ ਸਾਰਾ ਲੈ ਕੇ ਆਈ ਸੀ ਮੈਂ ਤਾਂ ਤਾਰ ਕੀ ਆਈ ਸੀ ਘਰੋਂ ਤੁਸੀਂ ਮੈਂ ਕਰ ਲਓ ਹਰਪ੍ਰੀਤ ਨਾਲ ਗੱਲ ਚਲ ਆ ਆਪਣਾ ਹੋ ਜੇ ਚੁੰਨੀ ਚੜਾਵੇ ਵਾਲਾ ਇਹ ਹੋ ਗਿਆ ਵਧੀਆ ਗੱਲ ਹੈ ਹੋਰ ਪੁੱਛ ਲੈ ਨਾ ਉਹਨੂੰ ਹਰਪ੍ਰੀਤ ਕੀ ਕਹਿੰਦੀ ਆ ਕੋਈ ਤੁਸੀਂ ਕਰ ਲਓ ਰਾਜ ਨਹੀਂ ਤਾਂ ਠੀਕ ਹੈ ਹਾਂ ਤੁਹਾਨੂੰ ਕੋਈ ਦਿੱਕਤ ਨਹੀਂ ਬੇਬੇ ਮੇਰੀ ਗੱਲ ਸੁਣ ਮੈਂ ਬਾਲੇ ਝੰਡਾ ਨਾ ਬੋ ਤੁਸੀਂ ਜਿਹੜੀ ਗੱਲ ਮੰਨਦੀ ਆ ਕੁੜੀ ਸੋਹਣੀ ਆ 6 ਦਿਨੇ ਚੁੰਨੀ ਚੜਾਵਾ ਕਰ ਲੋ ਲੈ ਬੇਬੇ ਦਾ ਤਾਂ ਜਵਾਬ ਦਿੰਦੀ ਆ ਬੇਬੇ ਤਾਂ ਕਹਿੰਦੀ ਆ ਵੀ ਤੋਰੋ ਨਾਲ ਬੇਬੇ ਤਾਂ ਬੈਠੀ ਆ ਮੈਂ ਤਾਂ ਆਪਦਾ ਸਾਰਾ ਸਮਾਨ ਝੋਲੇ ਚ ਪਾ ਕੇ ਲਈ ਸੀ ਜਿਸ ਤਰ੍ਹਾਂ ਪਾ ਕੇ ਆਉਂ ਕੁੜੀ ਨੂੰ ਨਾਲੇ ਜਿਹੜੀ ਪਾਰਟੀ ਪੂਰਤੀ ਵਾਲੀ ਗੱਲ ਹੈ ਉਹ ਆਪਾਂ ਬਾਅਦ ਚ ਆਦੇ ਘਰੇ ਜਾ ਕੇ ਕਰ ਲਾਂਗੇ ਜੇ ਕਰਨੀ ਹੋਈ ਇਹਨਾਂ ਨੂੰ ਫੋਨ ਕਰਕੇ ਦੱਸ ਦਾਂਗੇ ਪਹਿਲਾਂ ਹੀ ਕਰੋਲਾ ਪਾਈ ਜਾਣੀ ਕੋਈ ਨਹੀਂ ਪੁੱਤ ਉਹਦਾ ਫਿਰ ਆਪਾਂ ਆਉਂਦਾ ਵੀ ਗਮਾੜ ਮੱਥਾ ਸੱਦਾਂਗੇ ਸਾਰਾ ਕੋਈ ਚਾਰ ਭੈਣ ਭਾਈ ਸੱਦਾਂਗੇ ਉਦੋਂ ਉਹਦੇ ਨਾਲ ਇਹ ਆ ਜਾਣਗੇ ਲੋਕਾਂ ਨੂੰ ਖਵਾਏ ਦਾ ਕੀ ਫਾਇਦਾ ਕੀ ਫਾਇਦਾ ਬਸ ਆਪਦਾ ਤੁਨੀ ਚੜਾਵ ਕਰਕੇ ਆਪਦਾ ਘਰ ਬਸਦਾ ਕਰੋ ਚੱਲ ਕੋਈ ਨਹੀਂ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਕਿ ਰਾਹ ਕੰਮ ਨੇ ਮੇਰੇ ਕੋਲ ਚੱਲ ਜੀ ਬਾਹਲਾ ਕਰਦੇ ਆ ਪਾਰਟੀ ਰੱਖ ਲਾਂਗੇ ਯਾਰ ਆਪਦਾ ਕਰ ਲੈਣਗੇ ਜਿੰਨਾ ਕਰਨਾ ਹੁੰਦਾ ਹੋਰ ਜਿੰਨਾ ਕਿ ਸਾਨੂੰ ਵੀ ਚਾਹ ਪੁੱਤ ਹੁਣ ਗੱਲ ਤਾਂ ਪਤਾ ਲੱਗੇ ਅੰਦਰ ਕੀ ਕਰਦੇ ਨੇ ਜਾਂ ਤੂੰ ਜਾ ਕੇ ਗੱਲ ਕਰਕੇ ਆ ਮੜਾ ਜਾ ਜੋ ਹੋਰ ਕਰ ਪੁੱਤ ਪਤਾ ਸਾਤਾ ਚੱਲ ਆ ਤਾਂ ਬੜਾ ਸੋਹਣਾ ਹੋ ਗਿਆ ਮੈਨੂੰ ਤਾਂ ਆਈ ਸੀ ਵੀ ਤੇਰੇ ਪਤਾ ਨਹੀਂ ਪਸੰਦ ਆਉ ਕੁੜੀ ਕੇ ਨਾ ਮੇਰੇ ਤਾਂ ਕੁੜੀ ਪਸੰਦ ਹੈ ਬਸ ਗੱਲ ਤਾਂ ਹੁਣ ਕੁੜੀ ਤੇ ਰਹਿ ਗਈ ਜੇ ਉਹਨੂੰ ਮੈਂ ਪਸੰਦ ਆਇਆ ਕਿ ਨਹੀਂ ਨਾ ਮਨਿੰਦਰ ਮੇਰੀ ਗੱਲ ਸੁਣ ਮੈਂ ਤੁਹਾਡੇ ਨਾਲ ਕੱਲੀ ਰਿਸ਼ਤੇ ਦੀ ਗੱਲ ਕੀਤੀ ਸੀ ਵੀ ਆਪਾਂ ਸਗਨ ਪਾ ਲਾਂਗੇ ਆਹ ਕੀ ਗੱਲ ਚੁੰਨੀ ਚੜਾਵਾ ਕਰਕੇ ਤੋਰ ਦੋ ਨਾਲੇ ਭਾਈ ਮੈਂ ਤਾਂ ਵਿਆਹ ਕਰਨਾ ਮੇਰੀ ਕੱਲੀ ਕੱਲੀ ਧੀ ਆ ਗਈ ਮਨਿੰਦਰ ਮੈਂ ਵੀ ਤੈਨੂੰ ਆਹੀ ਕਹਿਣਾ ਸੀ ਵੀ ਮੇਰੀ ਕੱਲੀ ਕੱਲੀ ਭੈਣ ਆ ਆਪਾਂ ਗੱਜ ਵੱਜ ਕੇ ਵਿਆਹ ਕਰਾਂਗੇ ਵਧੀਆ
ਕਰ ਲੋ ਗੱਜ ਵੱਜ ਕੇ ਕਰ ਲੋ ਖਰਚੇ ਕੀ ਫਾਇਦਾ ਲੋਕਾਂ ਨੇ ਤਾਂ ਗੱਲਾਂ ਹੀ ਕਰਨੀਆਂ ਜੇ ਖਵਾ ਦੋਗੇ ਤਾਂ ਵੀ ਜੇ ਨਾ ਖਵਾਓਗੇ ਤਾਂ ਵੀ ਮੈਂ ਤਾਂ ਕਹਿੰਦੀ ਵਧੀਆ ਜੇ ਨਹੀਂ ਆਪਣਾ ਕੋਈ ਖਰਚਾ ਕਰਵਾਉਂਦੇ ਦੇਖ ਲਾ ਕਿੱਡੇ ਸਿਆਣੇ ਆ ਕਹਿੰਦੇ ਸਾਨੂੰ ਤਾਂ ਕਿਸ ਚੀਜ਼ ਦੀ ਵੀ ਲੋੜ ਨਹੀਂ ਹੈਗੀ ਅਸੀਂ ਤਾਂ ਆਈ ਕੁੜੀ ਨੂੰ ਲੈ ਜਾਈਏ ਚਾਰ ਕੱਪੜਿਆਂ 'ਚ ਫਿਰ ਹੋਰ ਕੀ ਚਾਹੀਦਾ ਨਾਲੇ ਉਹ ਪੜ੍ਹਾਉਣ ਨੂੰ ਵੀ ਤਿਆਰ ਆ ਆਪਾਂ ਨੂੰ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਹੈ ਜੋ ਆਪਣੀ ਮੰਨਦੇ ਆ ਉਹ ਤਾਂ ਤੇਰੀ ਗੱਲ ਮੰਨਦੀ ਹੈ ਵੀ ਪੜ੍ਹਾਉਣ ਨੂੰ ਤਿਆਰ ਹੈ ਮੇਰੇ ਵੀ ਚਾਹ ਲਾੜਾ ਹੈ ਮੈਂ ਆਪਦੇ ਭੈਣ ਭਾਈਆਂ ਨੂੰ ਰਿਸ਼ਤੇਦਾਰਾਂ ਨੂੰ 100 ਨੂੰ ਸੱਦਣਾ ਹੈ ਤੂੰ ਕਹੀ ਤਾਂ ਜਾਂਦੇ ਆ ਵੀ ਪਾਰਟੀ ਕਰਨਗੇ ਆਪਾਂ ਸਾਰੇ ਉੱਥੇ ਜਾਵਾਂਗੇ ਸੱਦ ਲਏ ਰਿਸ਼ਤੇਦਾਰ ਸੱਦਣੇ ਤੁਸੀਂ ਪਾਰਟੀ ਉਹ ਆਪਦੇ ਘਰੇ ਕਰਨਗੇ ਆਪਣਿਆਂ ਤਾਂ ਨਹੀਂ ਕੁਝ ਹੋਊਗਾ ਮੈਂ ਇੰਨੇ ਕਿੰਨੇ ਰਿਸ਼ਤੇਦਾਰ ਹੋਣੇ ਨੇ ਤੇ ਉੱਥੇ ਲੈ ਜਾਊਂਗੀ ਪਾਰਟੀ ਦੇ ਮੇਰੀ ਗੱਲ ਸੁਣ ਮੰਮੀ ਰਿਸ਼ਤੇਦਾਰ ਤਾਂ ਖੁਸ਼ ਹੁੰਦੇ ਨਹੀਂ ਤੂੰ ਜਿਹੜੇ ਚਾਰ ਪੈਸੇ ਵਿਆਹ ਤੇ ਲੈਣੇ ਆ ਉਹੀ ਆਪਾਂ ਚਾਰ ਪੈਸੇ ਹਰਪੀ ਨੂੰ ਦੇ ਦਾਂਗੇ ਇਹਦੇ ਹੱਥ ਥੱਲੇ ਹੋ ਜਾਣਗੇ ਤੁਸੀਂ ਵੀ ਤਾਂ ਸਮਝੋ ਵਰਿੰਦਰ ਤੂੰ ਮੇਰੀ ਗੱਲ ਵੀ ਸਮਝ ਗੱਲ ਪਤਾ ਕੀ ਆ ਹੁਣ ਆਪਾਂ ਉਹਨਾਂ ਦੇ ਜਾਂਦੇ ਉੱਥੇ ਸੋਹਣੇ ਲੱਗਣਗੇ ਇਹੀ ਚੀਜ਼ਾਂ ਕੱਲ ਨੂੰ ਮਿਹਣੇ ਬਣ ਜਾਣਗੀਆਂ ਇੱਕ ਵਜੇ ਤੱਕ ਅਗਲਾ ਕਹਿੰਦਾ ਹੁੰਦਾ ਵੀ ਅਸੀਂ ਤਾਂ ਕੱਪੜਾਂ 'ਚ ਲੈ ਜਾਵਾਂਗੇ ਮਿਹਣੇ ਬਣ ਜਾਣਗੇ ਨਾ ਕੋਈ ਗੱਲ ਨਹੀਂ ਆਪਾਂ ਕਿਹੜਾ ਉਹਨੂੰ ਪੈਸਾ ਨਾ ਦੇਵਾਂਗੇ ਕੁੜੀ ਨੂੰ ਪਾਵਾਂਗੇ ਮੁੰਡੇ ਨੂੰ ਪਾਵਾਂਗੇ ਸਿਆਣਾ ਸੱਪਾ ਚਾਰ ਪੈਸੇ ਇਹਨੂੰ ਦੇਵਾਂਗੇ ਇਹਦੇ ਹੱਥ ਥੱਲੇ ਕਰਾਂਗੇ ਚਾਰ ਪੈਸੇ ਆਪਾਂ ਉਹ ਵੀ ਤੁਸੀਂ ਐਂ ਤਾਂ ਸੋਚੋ ਇਹੀ ਕੰਮ ਆਉਣਗੇ ਲੋਕਾਂ ਨੂੰ ਖਵਾ ਕੇ ਕੀ ਕਰੋਗੇ ਲੋਕ ਤਾਂ ਖਾ ਕੇ ਢਿੱਡ 'ਚ ਹੱਥ ਮਾਰ ਲੈਣਗੇ ਤੇ ਫਿਰ ਜਿਹਦੇ ਆਪ ਖਾ ਕੇ ਆਏ ਆ ਉਹ ਅਬੇ ਕੋਈ ਨਾ ਜਦੋਂ ਆਪ ਖਾ ਕੇ ਆਏ ਆ ਨਾ ਆਪਣੇ ਵਿਆਹ 'ਚ ਰਿਸ਼ਤੇਦਾਰ ਨਹੀਂ ਆਏ ਆਏ ਸੀ ਨਾ ਫੇਰ ਜਿਹੜਾ ਪੂਰੀਆਂ ਪਾਤੀਆਂ ਉਹੀ ਲੋਕ ਆਪਾਂ ਨੂੰ ਹਜੇ ਤੱਕ ਗੱਲਾਂ ਸੁਣਾਉਂਦੇ ਆ ਅੱਧੇ ਰਿਸ਼ਤੇਦਾਰ ਤਾਂ ਹਜੇ ਤੱਕ ਰੁੱਸੇ ਫਿਰਦੇ ਆ ਫੇਰ ਕੀ ਕਰ ਲਿਆ ਆ ਚਾਰ ਪੈਸੇ ਲਾਏ ਆਪਣੇ ਦਾ ਵੇਸਟ ਹੀ ਗਏ ਉਹੀ ਆਪਾਂ ਜਮਾ ਕਰਾਉਂਦੇ ਉਹ ਚਲ ਇਹ ਤਾਂ ਗੱਲ ਤੇਰੀ ਠੀਕ ਆ ਪਰ ਪਿੰਡ ਵਾਲੇ ਕੀ ਕਹਿਣਗੇ ਹੁਣ ਅੱਧ ਦੀ ਮਾਲਕ ਇਹ ਵੀ ਆਏ ਧੱਕਾ ਦੇ ਕੇ ਕਿਵੇਂ ਸੜਤ ਗਏ ਵੀ ਜਾਂ ਨਿਕਲ ਜਾ ਸਾਡੇ ਘਰੋਂ ਮੈਂ ਕਦੋਂ ਧੱਕਾ ਦੇ ਕੇ ਕੱਢੀ ਜਾਂਦੀ ਆ ਐਂ ਕਿਹਾ ਵੀ ਆਪਾਂ ਚੁੰਨੀ ਚੜਾਵਾ ਕਰਦੇ ਨੇ ਸਾਰਾ ਕੁਝ ਦੇਣ ਨੂੰ ਕਹੀ ਜਾਂਦੀ ਆ ਮੈਂ ਕਦੋਂ ਕਿਹਾ ਵੀ ਕੁਝ ਨਹੀਂ ਦਿੰਦੇ ਆਪਾਂ ਇਹਨੂੰ ਜਦੋਂ ਇਹ ਵਿਆਹ ਕੇ ਤੁਰ ਗਈ ਆਪਾਂ ਪਿੱਛੋਂ ਸਾਰਾ ਸਮਾਨ ਵੀ ਦੇਵਾਂਗੇ ਸਿਆਣਾ ਸੱਪਾ ਵੀ ਪਾਵਾਂਗੇ ਸਾਰਾ ਕੁਝ ਕਰਾਂਗੇ ਆਪਾਂ ਮਨਿੰਦਰ ਬਾਅਦ ਦੀ ਚੀਜ਼ਾਂ ਦੇਣ ਦਾ ਕੀ ਫਾਇਦਾ ਜਦੋਂ ਆਪਾਂ ਹੁਣ ਮੌਕੇ ਤੇ ਨਾ ਇਹਦਾ ਕੁਝ ਕੀਤਾ ਮੰਮੀ ਉਹ ਤਾਂ ਇੱਕ ਗੱਲ ਹੀ ਆ ਫਿਰ ਕੀ ਹੋ ਗਿਆ ਜੇ ਤੈਨੂੰ ਬਾਹ ਲਾ ਨਾ ਤਾਂ ਲੋਕਾਂ ਨੂੰ ਘਰੇ ਸਾਥ ਸਾਥ ਪਹਿਲਾਂ ਸਮਾਨ ਦਿਖਾ ਦੀ ਫਿਰ ਇਹਦੇ ਕੋਲ ਛੱਡ ਆਵਾਂਗੇ ਆਪਾਂ ਨਾ ਰਹਿੰਦਾ ਜਰੂਰ ਮੈਂ ਇਹ ਵੀ ਕਢਾਣਾ ਆਉਂਦਾ ਵੀ ਉਹ ਤਾਂ ਉਹਨੂੰ ਮੈਂ ਵਿਆਹ ਤੇ ਸੱਦਾ ਨਾ ਤੇ ਜਦੋਂ ਸਮਾਨ ਦੇ ਸੱਟਣ ਜਾਣਾ ਤੇ ਉਦੋਂ ਉਹਨਾਂ ਨੂੰ ਸੱਦ ਸੱਦ ਕੇ ਲਿਆ ਮਸਤ ਸਮਾਨ ਦੇਖ ਲਓ ਕਿਸੇ ਗੱਲ ਤੇ ਨਹੀਂ ਆਉਂਦੇ ਤੁਸੀਂ ਤਾਂ ਕਦੇ ਮੇਰੀ ਹਾਮੀ ਚ ਹਾਮੀ ਭਰੀ ਨਹੀਂ ਬਸ ਮੇਰੇ ਨਾਲ ਕਲੇਸ਼ ਕਰਨਾ ਜਾਣਦੇ ਹੋ ਕਿਉਂ ਮੰਮੀ ਤੁਸੀਂ ਕਲੇਸ਼ ਕੀਤਾ ਨਾਲੇ ਸਹੀ ਕਹੀ ਜਾਂਦੇ ਭਾਬੀ ਜੇ ਆਪਣਾ ਕੋਈ ਖਰਚਾ ਨਹੀਂ ਕਰਾਉਂਦੇ ਫੇਰ ਕੀ ਹੋ ਗਿਆ ਨਾਲੇ ਵਧੀ ਚੁੰਨੀ ਚੜਾਵਾ ਕਰਦੇ ਮੈਂ ਵੀਰੇ ਤੇ ਹੋਰ ਬੋਝ ਨਹੀਂ ਬਣਨਾ ਚਾਹੁੰਦੀ ਉਹ ਬੋਝ ਵਾਲੀ ਗੱਲ ਨਹੀਂ ਤੈਨੂੰ ਕੱਲ ਨੂੰ ਨਾ ਘਰੋਂ ਕੱਢਦੇ ਨੂੰ ਮਿਹਣੇ ਮਾਰ ਮਾਰ ਕਿਵੇਂ ਕੱਢਦੇ ਸੀ ਮੈਂ ਬੈਠੀ ਆ ਮੇਰੀ ਮਾਸੀ ਦਾ ਪਿੰਡਾ ਐ ਕੱਢ ਕੇ ਦਿਖਾਉਣ ਮੈਂ ਪੂਰੀ ਜ਼ਿੰਮੇਵਾਰੀ ਲਈ ਜਾਂਦੀ ਆ ਤੁਸੀਂ ਕਿਉਂ ਨਹੀਂ ਮੇਰੀ ਗੱਲ ਮੰਨਦੇ ਆ ਕੁੜੀ ਨੂੰ ਵੀ ਸਮਝ ਆ ਗਈ ਅਗਲੀ ਪੜ੍ਹੀ ਲਿਖੀ ਆ ਪਰ ਤੇਰਾ ਦਿਮਾਗ 'ਚ ਹੀ ਨਹੀਂ ਪੈਂਦਾ ਮਨਿੰਦਰ ਬਾਅਦ 'ਚ ਗੱਲਾਂ ਹੋਰ ਬਣ ਜਾਂਦੀਆਂ ਹੁੰਦੀਆਂ ਨੇ ਅੱਜ ਤੱਕ ਅਗਲੇ ਆਪਾਂ ਨੂੰ ਕਹੀ ਜਾਂਦੇ ਆ ਸਾਰੀ ਗੱਲ ਉੱਟੀ ਜਾਂਦੇ ਆ ਕੱਲ ਨੂੰ ਇਹੀ ਤੈਨੂੰ ਮਿਹਣੇ ਦੇਣਗੇ ਕੁੜੀ ਨੂੰ ਮੈਨੂੰ ਇੱਕ ਗੱਲ ਮਕਾ ਦਿਓ ਤੁਹਾਨੂੰ ਮੇਰੇ ਤੇ ਯਕੀਨ ਹੈਗਾ ਕਿ ਨਹੀਂ ਹੈਗਾ ਉਹ ਯਕੀਨ ਤਾਂ ਹੈਗਾ ਹੁਣ ਬਸ ਫਿਰ ਬਸ ਜਿਵੇਂ ਮੈਂ ਕਹਿਣੀ ਆ ਫਿਰ ਉਵੇਂ ਕਰ ਲਓ ਯਕੀਨ ਹੈਗਾ ਨਾ ਮੇਰੀ ਗੱਲ ਮੰਨ ਲਓ ਹਰਪ੍ਰੀਤ ਤੂੰ ਕੀ ਕਹਿਣੀ ਆ ਮੇਰੇ ਭਾਬੀ ਸਹੀ ਕਹੀ ਜਾਂਦੀ ਆ ਬਸ ਠੀਕ ਆ ਤੂੰ ਰਾਜੀ ਨਾ ਬਸ ਤੂੰ ਰਾਜੀ ਚਾਹੀਦੀ ਹੈ ਮੈਨੂੰ ਇਹ ਤਾਂ ਨਹੀਂ ਸਮਝਦੇ ਮੇਰੀ ਗੱਲ ਤੂੰ ਨਾ ਤਿਆਰ ਹੋ ਜਾ ਤੇ ਉਹ ਅੱਜ ਹੀ ਲਜਾਣ ਨੂੰ ਕਹਿੰਦੇ ਆ ਹਾਂ ਭਾਬੀ ਮੈਂ ਹੋ ਜਾਣੀ ਆ ਤਿਆਰ ਹੋ ਮੰਮੀ ਤੁਸੀਂ ਕਰੋ ਤਿਆਰ ਆ ਜਾਓ ਆਪਾਂ ਨਾ ਬਾਹਰ ਗੱਲ ਕਰ ਲੈਂਦੇ ਆ ਕੀ ਕਹਿੰਦੇ ਆ ਉਹ ਵੀ ਉਹ ਤਾਂ ਮੈਨੂੰ ਤੇਰੀ ਟੈਨਸ਼ਨ ਆ ਇਸ ਗੱਲ ਦੀ ਤੁਸੀਂ ਕੋਈ ਟੈਨਸ਼ਨ ਨਾ ਲਓ ਮੰਮੀ ਭਾਬੀ ਨੇ ਵੇਖਿਆ ਵਧੀਆ ਵੇਖਿਆ ਵੇਖਿਆ ਤਾਂ ਹੈ ਤੇਰੀ ਭਾਬੀ ਨੇ ਪਰ ਮੈਨੂੰ ਐਂ ਲੱਗਦਾ ਵੀ ਮੁੰਡਾ ਇੱਕ ਤਾਂ ਵੱਡੀ ਉਮਰ ਦਾਗਾ ਇੱਕ ਜ਼ਮੀਨ ਜਾਇਦਾਦ ਵੀ ਇਹਨਾਂ ਕੋਲ ਥੋੜੀ ਹੈਗੀ ਤੇਰਾ ਕਿਵੇਂ ਗੁਜ਼ਾਰਾ ਹੋਊਗਾ ਨਾਲੇ ਪੁੱਤ ਮੈਂ ਤੇਰਾ ਵਿਆਹ ਪੂਰੇ ਚਾਵਾਂ ਲਾਡਾਂ ਨਾਲ ਕਰਨਾ ਸੀਗਾ ਮੰਮੀ ਵਧੀਆ ਕੋਈ ਖਰਚਾ ਨਹੀਂ ਕਰਵਾਈ ਨੇ ਵੀਰੇ ਦਾ ਪਹਿਲੇ ਵਿਆਹ ਦਾ ਦੇਖ ਲਾ ਆਪਾਂ 7 ਲੱਖ ਜਾ ਕਰਕੇ ਤੇ ਹੁਣ ਵਿਆਹ ਮੇਰੇ ਵਿਆਹ ਤੇ 10 ਲੱਖ ਲੱਗ ਜੂ ਵੀਰਾ ਕੀ ਕਰੂਗਾ ਕਿਵੇਂ ਤਾਰੂਗਾ ਕਰਜ਼ਾ ਉਹ ਤਾਂ ਗੱਲ ਤੇਰੀ ਠੀਕ ਹੈਗੀ ਵੀ ਚੱਲ ਕਰ ਦਿਆ ਉਹਦੇ ਸਿਰ ਚੜੂਗਾ ਪਰ ਪੁੱਤ ਮਾੜਾ ਮੋਟਾ ਟਾਈਮ ਤਾਂ ਮਿਲਣਾ ਚਾਹੀਦਾ ਇਹ ਤਾਂ ਹੁਣ ਅੱਜ ਹੀ ਇਹਨਾਂ ਨੂੰ ਸੱਦ ਕੇ ਤੇ ਅੱਜ ਹੀ ਚੁੰਨੀ ਚੜਾਵਾ ਕਰ ਦਿਓ ਕੋਈ ਗੱਲ ਨਹੀਂ ਮੰਮੀ ਇਹ ਤਾਂ ਵਧੀਆ ਨਾਲ ਪਹਿਲੇ ਵੀਰੇ ਤੇ ਕਿੰਨੀਆਂ ਕਵੀਲਦਾਰੀਆਂ ਨੇ ਕੋਈ ਖਰਚਾ ਨਹੀਂ ਹੁੰਦਾ ਚੱਲ ਠੀਕ ਹੈ ਪੁੱਤ ਜੇ ਤੂੰ ਰਾਜ਼ੀ ਆ ਤੇ ਇੱਕ ਗੱਲ ਮੇਰੀ ਹੋਰ ਤੂੰ ਮੈਨੂੰ ਉੱਥੇ ਜਾ ਕੇ ਸਾਰੀ ਗੱਲ ਦੱਸੇਂਗੀ ਨਿੱਕੀ ਨਿੱਕੀ ਗੱਲ ਵੀ ਉੱਥੇ ਕੀ ਹੋ ਰਿਹਾ ਤੇ ਕੀ ਇਹ ਕੰਮ ਕਰਦੇ ਨੇ ਠੀਕ ਹੈ ਮੰਮੀ ਤੁਸੀਂ ਟੈਨਸ਼ਨ ਫ੍ਰੀ ਰਹੋ ਮੈਂ ਤੁਹਾਨੂੰ ਸਾਰੀ ਗੱਲ ਦੱਸੂੰਗੀ ਵੀ ਕੀ ਕਰਦੇ ਕੀ ਨਹੀਂ ਚੱਲ ਠੀਕ ਹੈ ਪੁੱਤ ਹੋ ਜਾ ਤਿਆਰ ਤੂੰ ਠੀਕ ਹੈ ਮੈਂ ਤਿਆਰ ਹਾਂ ਭੈਣ ਜੀ ਤੁਸੀਂ ਜਮਾ ਨਾ ਫਿਕਰ ਕਰੋ ਸੋਡੀ ਧੀ ਨੂੰ ਹੁਣ ਮੈਂ ਆਪਦੀ ਧੀ ਬਣਾ ਕੇ ਰੱਖੂੰ ਜਮਾ ਕੋਈ ਫਿਕਰ ਨਹੀਂ ਹੈਗੀ ਹੁਣ ਤਾਂ ਤੂੰ ਹੀ ਮਾਂ ਵਸੀ ਇਹਦੀ ਹਾਂ ਪੁੱਤ ਬਸ ਹੋ ਗਿਆ ਕੰਮ ਹਾਂ ਲੈ ਭਾਈ ਤਾਂ ਹੀ ਹੁਣ ਮਾਸੀ ਤੇ ਵਾਸਤੇ ਰਹਿਣਾ ਇਹਨੂੰ ਕਹਿੰਦੇ ਆ ਟੱਟ ਮੰਗਣੀ ਪੱਟ ਲਿਆ ਹਾਂ ਹਰਪ੍ਰੀਤ ਕਿਸੇ ਗੱਲ ਦਾ ਫਿਕਰ ਨਾ ਕਰ ਪੁੱਤ ਤੇਰਾ ਹੀ ਘਰ ਹੈ ਲਾਡੀ ਪਤਨ ਆਇਆ ਸੀ ਪੁੱਤ ਵੀ ਉਹ
ਉਹਨੂੰ ਵਸਤੂ ਹਲਵਾਈ ਨੂੰ ਆਪ ਹੀ ਕਹਿੰਦੀ ਲਿਫਾਫਿਆਂ ਵਾਲੀ ਆਪੇ ਤਿਆਰ ਕਰ ਦੂਗਾ ਉਹ ਠੀਕ ਹੈ ਠੀਕ ਹੈ ਲੱਡੂ ਦੇ ਬਣਾਤੇ ਪਕੌੜੇ ਵਾਂਗੀ ਹੁੰਦੀਆਂ ਦੱਸ ਦਿਨ ਤੂੰ ਪਿੰਡ ਦੇ ਵਿੱਚ ਵਸ ਲੈ ਵਧਾਈਆਂ ਤੈਨੂੰ ਵਧਾਈਆਂ ਭੈਣੇ ਮਹਾਰਾਜ ਤਾਂ ਇਹਨੂੰ ਵੀ ਵਧਾਵੇ चल वधिया कर चट पट मारे चल मेनू भी आया मेरे भी घरे जी नूह आज आखनावे वर्ग ही हों कह कट वट करा गे अच्छा वधिया ब्याह करा गे ਫਿਰ ਅਸੀਂ ਆਖਿਆ ਵੀ ਬਾਹਲੇ ਖਰਚੇ ਨੂੰ ਕੀ ਹੈਗਾ ਹਾਂ ਹਾਂ ਐਂ ਵੀ ਚੱਲ ਅਸੀਂ ਪਾਰਟੀ ਰੱਖ ਲਾਂਗੇ ਉੱਥੇ ਤੁਸੀਂ ਆ ਜਾਓ ਆਪਦੇ ਚਾਰ ਰਿਸ਼ਤੇਦਾਰਾਂ ਨੂੰ ਲਿਆਇਓ ਨਾ ਬੰਤੋ ਕਿਰਾਇਆ ਕੀ ਨੇ ਸੀ ਰਿਸ਼ਤਾ ਪੂਰਾ ਤੂੰ ਪਤਾ ਹੀ ਨਹੀਂ ਲੱਗਣ ਦਿੱਤਾ ਜਿਹੜੀ ਇਹਦੀ ਭਰਜਾਈ ਹੈਗੀ ਹਰਪ੍ਰੀਤ ਦੀ ਹਾਂ ਉਹਦੀ ਮਾਸੀ ਨਹੀਂ ਆਪਣੇ ਪਿੰਡ 'ਚ ਹਾਂ ਹਾਂ ਉਹ ਉਹਨਾਂ ਦੇ ਮੱਗਰ ਕੇ ਹਾਂ ਹਾਂ ਉਹਨਾਂ ਨੇ ਕਰਾਇਆ ਅੱਛਾ ਤੇ ਉਹ ਮੌਕੇ ਤੇ ਜਾਣ ਵੇਲੇ ਆਪਦਾ ਹੋ ਗਈ ਵਿਚਾਰੀ ਬਿਮਾਰ ਹਾਂ ਉਹ ਬਿਮਾਰ ਤੇ ਉਹਦਾ ਮੁੰਡਾ ਰਾਜਪਾਲ ਹੋ ਗਿਆ ਸੀ ਨਹੀਂ ਉਹ ਮੈਨੂੰ ਪਰਸੋਂ ਮਿਲੀ ਸੀ ਉਹਨੇ ਮੇਰੇ ਕੋਲ ਵੀ ਨਹੀਂ ਗੱਲ ਕਰੀ ਉਹਨੇ ਤਾਂ चटपटी किया चल चंगा मैं चलती मैं ना काम छड़ के आई सारा तेन पता मैं दुबड़ा चुबड़ी लग गई टाइम के जेडे टाइम मैं जाके नो देख के आवा हरे किसी पता किसी नहीं पता बस आज मेरे मुंडे नूं रिश्ता करा लैंदी ਹੋਰ ਕਰਾ ਦੂੰ ਕੋਈ ਮਾਸੀ ਦੀ ਕੋਈ ਚਾਚੇ ਦੀ ਚਲ ਆਈ ਹੋ ਜਾਂਦਾ ਹਾਂ ਚੰਗਾ ਫਿਰ ਹਾਂ ਚੰਗਾ ਚਲ ਫਿਰ ਆ ਜੀ ਗੇੜਾ ਮਾਰ ਦੀ ਹਾਂ ਮੈਂ ਗੇੜ ਗੇੜਾ ਮਾਰੂੰਗੀ ਤੇ ਨਾਲੇ ਸਰਜੀਤ ਨੂੰ ਲਿਆਉਂਗੀ ਨਾਲ ਉਹਨੂੰ ਵੀ ਦੱਸੂੰਗੀ ਆਹੋ ਆਹੋ ਚਾਚੀ ਇਹ ਆਪਣੇ ਘਰਾਂ ਚੋਂ ਬੱਤੇ ਦੀ ਚਾਚੀ ਸੱਸ ਲੱਗਦੀ ਹੈ ਠੀਕ ਹੈ ਮੰਮੀ ਤੇਰਾ ਮੁੰਡਾ ਵੀ ਵਿਆਹਣ ਵਾਲਾ ਹੈ ਤਾਂ ਹੀ ਤਾਂ ਕਹਿੰਦੀ ਸੀ ਮੇਰੇ ਪੁੱਤ ਨੂੰ ਵੀ ਰਿਸ਼ਤਾ ਹੋ ਜੂ ਆਏ ਬੰਦੇ ਨੂੰ ਝਾਕ ਹੋ ਜਾਂਦੀ ਹੈ ਫਿਰ ਵੀ ਇਹਨਾਂ ਦਾ ਮੁੰਡਾ ਵਿਆਹ ਗਿਆ ਮੇਰਾ ਵੀ ਵਿਆਹ ਜਾਵੇ ਇਹ ਤਾਂ ਹੈ ਮੰਮੀ ਹਾਂ ਪਤਾ ਹੀ ਨਹੀਂ ਲੱਗਣ ਦਿੱਤਾ ਇਹਨੇ ਤਾਂ ਕਿਹੜੇ ਵੇਲੇ ਚਿੱਤਰ ਨਾਲ ਘੁੱਗੀ ਕੁੱਟ ਲਈ ਮੈਨੂੰ ਤਾਂ ਆਏ ਸੀ ਵੀ ਅੱਧਾ ਬੁੜਾ ਤਾਂ ਹੋ ਗਿਆ ਇਹਨੂੰ ਕੌਣ ਡੋਲੇ ਦੇਊਗਾ ਇਹਦੇ ਵਾਲੀ ਜ਼ਮੀਨ ਵੀ ਮੇਰੇ ਪੁੱਤ ਦੀ ਹੋ ਜੂਗੀ ਕੋਈ ਵਧੀਆ ਰਿਸ਼ਤਾ ਲਿਆਓ ਮੇਰੇ ਪੁੱਤ ਵਾਸਤੇ ਚੰਗਾ ਤਕੜੇ ਘਰ ਦਾ ਚੱਲ ਕੋਈ ਨਾ ਵਿਆਹ ਤਾਂ ਲਿਆਈ ਤੂੰ ਬੰਤੋ ਪਰ ਬਸਣ ਨਹੀਂ ਦਿੰਦੀ ਮੈਨੂੰ ਵੀ ਜਸਵਾਲ ਨਾ ਜਾਣੀ ਜਿਹਨੂੰ ਨਾ ਜਾਣੀ